ਬਹੁਤ ਸੋਹਣਾ ਕੇਕ ਹੈ ਖੀਰਾ। ਆਈ ਐਮ ਸੌਰੀ ਆਂਟੀ ਜੀ, ਮੈਂ ਤੁਹਾਡੇ ਲਈ ਕੋਈ ਗਿਫਟ ਨਹੀਂ ਲੈ ਕੇ ਆਇਆ, ਪਰ ਮੈਨੂੰ ਪਤਾ ਮੈਂ ਕੀ ਕਰਨਾ। ਆਂਟੀ ਜੀ ਆਈ ਐਮ ਸੌਰੀ, ਮੈਂ ਤੁਹਾਡਾ ਹੀ ਬੱਚਾ ਆਂਟੀ ਜੀ, ਜੇ ਕਦੇ ਕਿਸੇ ਵੀ ਰੀਜ਼ਨ ਕਰਕੇ ਮੈਂ ਤੁਹਾਡਾ ਦਿਲ ਦੁਖਾਇਆ ਹੋਵੇ ਤਾਂ ਮੈਂ ਕੰਨ ਫੜ ਕੇ ਮਾਫ਼ੀ ਮੰਗਦਾ ਤੁਹਾਡੇ ਤੋਂ। ਮੈਂ ਸੁਣਿਆ ਵੱਡਿਆਂ ਦਾ ਦਿਲ ਬਹੁਤ ਵੱਡਾ ਹੁੰਦਾ, ਅਤੇ ਅਸੀਂ ਬੱਚੇ ਇੱਕ ਸੈਕਿੰਡ ਚਾਂਸ ਤਾਂ ਡਿਜ਼ਰਵ ਕਰਦੇ ਹਾਂ ਨਾ। ਸ਼ੁਕਰ ਹੈ ਇਹਨੇ ਕੋਈ ਸਿਆਣੀ ਗੱਲ ਕੀਤੀ, ਵਧੀਆ ਹੋਇਆ ਇਹਨੇ ਖੁਦ ਮਾਫ਼ੀ ਮੰਗ ਲਈ, ਨਹੀਂ ਤਾਂ ਜਿਸ ਬਦਤਮੀਜ਼ੀ ਨਾਲ ਇਹਨੇ ਗੁਰਮਨ ਨਾਲ ਗੱਲ ਕੀਤੀ ਸੀ ਮੈਂ ਖੁਦ ਇਹਦੇ ਤੋਂ ਮਾਫ਼ੀ ਮੰਗਵਾਉਣੀ ਸੀ। ਕੋਈ ਗੱਲ ਨਹੀਂ ਪੁੱਤਰ, ਜਿੱਥੇ ਪਿਆਰ ਹੁੰਦਾ ਨਾ ਉੱਥੇ ਮਾਫ਼ੀ ਦੀ ਜ਼ਰੂਰਤ ਨਹੀਂ ਹੁੰਦੀ। ਵੱਡੇ ਤਾਂ ਹਮੇਸ਼ਾ ਹੀ ਆਪਣੇ ਬੱਚਿਆਂ ਦਾ ਭਲਾ ਚਾਹੁੰਦੇ ਆ, ਕਈ ਵਾਰ ਨਾ ਵੱਡਿਆਂ ਦੇ ਲਈ ਫੈਸਲੇ ਬੱਚਿਆਂ ਨੂੰ ਬਹੁਤ ਚਿਰ ਬਾਅਦ ਸਮਝ ਆਉਂਦੇ ਆ। ਅਤੇ ਮਾਵਾਂ ਮਾਵਾਂ ਦਾ ਦਿਲ ਤਾਂ ਇੱਦਾਂ ਦਾ ਹੀ ਹੁੰਦਾ, ਉਹਨਾਂ ਦੀ ਝਿੜਕ ਪਿੱਛੇ ਵੀ ਕੋਈ ਨਾ ਕੋਈ ਫਿਕਰ ਲੁਕੀ ਹੁੰਦੀ ਹੈ, ਕਿਉਂਕਿ ਉਹ ਡਰਦੀਆਂ ਕਿ ਉਹਨਾਂ ਦੇ ਬੱਚਿਆਂ ਨਾਲ ਕੁਛ ਗਲਤ ਨਾ ਹੋ ਜੇ। ਅਤੇ ਬੱਚਿਆਂ ਦਾ ਕੀ ਹੈ, ਬੱਚੇ ਤਾਂ ਜ਼ਿੱਦ ਕਰਦੇ ਹੀ ਨੇ, ਪਰ ਜਦੋਂ ਪਤਾ ਹੋਵੇ ਨਾ ਉਹਨਾਂ ਦੀ ਕੋਈ ਜ਼ਿੱਦ ਬੱਚਿਆਂ ਨੂੰ ਕੋਈ ਤਕਲੀਫ ਪਹੁੰਚਾ ਸਕਦੀ ਹੈ ਤਾਂ ਫਿਰ ਉਹਨਾਂ ਨੂੰ ਰੋਕਣ ਲਈ ਮਾਵਾਂ ਨੂੰ ਗੁੱਸੇ ਦਾ ਸਹਾਰਾ ਲੈਣਾ ਪੈਂਦਾ। ਪਰ ਇੱਕ ਮਾਂ ਦੇ ਦਿਲ 'ਚ ਆਪਣੇ ਬੱਚਿਆਂ ਲਈ ਗੁੱਸਾ ਕਦੇ ਵੀ ਨਹੀਂ ਹੁੰਦਾ, ਉਹ ਆਪਦੇ ਦਿਲ 'ਤੇ ਪੱਥਰ ਰੱਖ ਕੇ ਬੱਚਿਆਂ ਨੂੰ ਝਿੜਕਦੀ ਹੈ। ਇੱਕ ਮਾਂ ਆਪਣੇ ਬੱਚਿਆਂ ਦੀ ਖੁਸ਼ੀ ਲਈ ਆਪਣਾ ਸਭ ਕੁਝ ਦਾਅ 'ਤੇ ਲਾ ਸਕਦੀ ਹੈ, ਤਾਂ ਹੀ ਤਾਂ ਮਾਵਾਂ ਨੂੰ ਰੱਬ ਦਾ ਦਰਜਾ ਦਿੱਤਾ ਜਾਂਦਾ। ਜਿਵੇਂ ਰੱਬ ਬਿਨਾਂ ਕਿਸੇ ਸਵਾਰਥ ਤੋਂ ਸਾਰਿਆਂ ਦਾ ਭਲਾ ਚਾਹੁੰਦਾ, ਉਵੇਂ ਹੀ ਮਾਵਾਂ ਵੀ ਬਿਨਾਂ ਕਿਸੇ ਸਵਾਰਥ ਤੋਂ ਆਪਣੇ ਬੱਚਿਆਂ ਲਈ ਕੁਛ ਵੀ ਕਰ ਸਕਦੀ ਹੈ। ਬਸ ਉਹ ਇਹ ਨਹੀਂ ਚਾਹੁੰਦੀਆਂ ਕਿ ਉਹਨਾਂ ਦੇ ਬੱਚੇ ਕਿਸੇ ਵੀ ਤਕਲੀਫ 'ਚ ਹੋਣ। ਬੱਚਿਆਂ ਦੀਆਂ ਤਕਲੀਫਾਂ ਸਹਿੰਦੀਆਂ ਸਹਿੰਦੀਆਂ ਮਾਵਾਂ ਆਪਣੀਆਂ ਖੁਸ਼ੀਆਂ ਕੁਰਬਾਨ ਕਰਨ ਲਈ ਵੀ ਤਿਆਰ ਹੋ ਜਾਂਦੀਆਂ। ਸਰਤਾਜ, ਜਦੋਂ ਤੂੰ ਵੱਡਾ ਹੋ ਕੇ ਦਿਲਾਂ ਦੇ ਰਿਸ਼ਤੇ ਬਣਾਏਗਾ ਨਾ ਤਾਂ ਫਿਰ ਤੈਨੂੰ ਮੇਰੀਆਂ ਗੱਲਾਂ ਸਮਝ ਆਉਣਗੀਆਂ। ਹੁਣੇ ਡਾਊਨਲੋਡ ਕਰੋ Z5 ਐਪ ਤੇ ਵੇਖੋ ਆਪਣੇ ਪਸੰਦੀਦਾ ਸ਼ੋਜ਼ ਦੇ ਸਾਰੇ ਐਪੀਸੋਡ ਕਿਤੇ ਵੀ ਕਦੇ ਵੀ ਬਿਲਕੁਲ ਮੁਫ਼ਤ।